ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਡੋਗਰਿਆਂ ਉੱਤੇ احسان ਕਰ ਕਰਕੇ ਉਹਨਾਂ ਨੂੰ ਰਾਜੇ ਤੇ وزیر ਬਣਾ ਦਿੱਤਾ ਸੀ ਜਿਹੜੇ ਡੋਗਰੇ 3 ਤਨ ਰੁਪਈਆ ਦੀ ਤਨਖਾਹ ਉੱਤੇ ਭਰਤੀ ਹੋਏ ਸਨ ਅੱਜ ਰਾਜੇ ਤੇ وزیر ਬਣ ਚੁੱਕੇ ਸਨ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੀਤੇ ਹੋਏ احਸਾਨਾਂ ਦਾ ਬਦਲਾ ਇੱਕ ਇੱਕ ਕਰਕੇ ਹੁਣ ਚੁਕਾਉਣ ਲੱਗ ਪਏ ਮਹਾਰਾਜਾ ਖੜਕ ਸਿੰਘ ਉਹਨਾਂ ਦੀ ਨਜ਼ਰਬੰਦੀ ਦੇ ਵਿੱਚ ਸੀ ਤੇ ਕਮਰ ਨੌ ਨਿਹਾਲ ਸਿੰਘ ਇਸ ਵਕਤ ਲਾਹੌਰ ਦਾ ਬਾਦਸ਼ਾਹ ਸੀ ਲਾਹੌਰ ਦੀ ਬਾਗਡੋਰ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਤੇ ਉਹਨਾਂ ਨੇ ਛੇਤੀ ਹੀ ਇਸ ਗੱਲ ਨੂੰ ਸਮਝ ਲਿਆ ਕਿ ਡੋਗਰੇ ਭਰਾ ਜਿਹੜੇ ਇਹ ਸਿੱਖ ਰਾਜ ਵਾਸਤੇ ਜਿਹੜੇ ਹਨ ਕਰਕ ਨੇ ਤੇ ਜਿੰਨੀ ਛੇਤੀ ਹੋ ਸਕੇ ਇਹਨਾਂ ਦੀ ਤਾਕਤ ਨੂੰ ਜਿਹੜਾ ਕੁਚਲ ਦੇਣਾ ਚਾਹੀਦਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਫੌਜ ਦੇ ਪੰਚਾ ਦੇ ਨਾਲ ਫੌਜ ਦੇ ਨਾਲ ਆਪਣੀ ਜਿਹੜਾ ਰابطਾ ਕਾਇਮ ਕਰਨਾ ਸ਼ੁਰੂ ਕੀਤਾ ਫੌਜ ਦੀਆਂ ਕਵਾਇਦਾਂ ਆਪ ਦੇਖਣੀਆਂ ਮੇਨ ਮੇਨ ਮਾਮਲੇ ਉਹਨਾਂ ਨੇ ਆਪ ਸੁਲਝਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਹਨਾਂ ਦਾ ਤੇ ਫੌਜ ਦਾ ਰابطਾ ਜਿਹੜਾ ਬਣਨਾ ਸ਼ੁਰੂ ਹੋ ਗਿਆ ਤੇ ਫੌਜ ਵਿੱਚ ਹਰਮਨ ਪਿਆਰੇ ਹੋ ਗਏ ਹੁਣ ਉਹਨਾਂ ਨੇ ਇੱਕ ਕੰਮ ਹੋਰ ਕੀਤਾ ਕੁਝ ਸਿਆਣੇ ਬੰਦਿਆਂ ਦੀ ਜਿਹੜੀ ਇੱਕ ਪੰਚਾਇਤ ਬਣਾਈ ਉਹਨਾਂ ਦੇ ਵਿੱਚ ਫਕੀਰ ਅਜ਼ੀਜ਼ਉਦੀਨ ਜ਼ਮਾਦਾਰ ਖੁਸ਼ਾਲ ਸਿੰਘ ਧਿਆਨ ਸਿੰਘ ਤੇ ਉਹਨਾਂ ਦੇ ਵਿੱਚ ਸਨ ਅਜੀਤ ਸਿੰਘ ਸੰਧਾਵਾਲੀਗਾ ਲੈਣਾ ਸਿੰਘ ਮਜੀਠੀਗਾ ਇਹਨਾਂ ਦੀ ਇੱਕ ਸਭਾ ਬਣਾਈ ਜਿਸ ਸਭਾ ਦੇ ਫੈਸਲਿਆਂ ਦੇ ਨਾਲ ਰਾਜ ਪ੍ਰਬੰਧ ਹੋਣ ਲੱਗਾ ਇਹਦੇ ਨਾਲ ਧਿਆਨຊੰਦੀ ਜਿਹੜੀ ਆਪਦੀ ਜਿਹੜੀ ਗੱਲਬਾਤ ਸੀ ਜਾਂ ਆਪ ਦਾ ਜਿਹੜਾ ਰਤਬਾ ਸੀ ਉਹ ਨੂੰ ਘਟਦਾ ਦਿਸਿਆ ਦੂਸਰਾ ਕੰਮ ਉਹਨਾਂ ਨੇ ਕੀਤਾ ਜਿਹੜਾ ਗੁਲਾਬ ਸਿੰਘ ਸੀ ਆਪਣੇ ਆਪ ਨੂੰ ਜਿਹੜਾ ਜੰਮੂ ਦਾ ਖੁਦਮੁਖਤਿਆਰ ਰਾਜਾ ਸਮਝਦਾ ਸੀ ਵੀ ਖੁਦਮੁਖਤਿਆਰ ਉੱਥੋਂ ਦਾ ਬਣ ਬੈਠਾ ਸੀ ਤੇ ਉਹਦੀ ਇਸ ਖੁਦਮੁਖਤਿਆਰੀ ਨੂੰ ਖਤਮ ਕਰਨ ਦੇ ਲਈ ਕਮਰ ਨਾਉ ਨਿਹਾਲ ਸਿੰਘ ਲਾਹੌਰ ਤੋਂ ਫੌਜ ਭੇਜਦਾ ਹੈ ਉੱਥੋਂ ਦਾ ਮਾਮਲਾ ਉਗਰਾਉਣ ਵਾਸਤੇ ਉਹ ਫੌਜ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਤਾਇਨਾਤ ਕਰਦਾ ਹੈ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਜਨਰਲ ਜਿਹੜੇ ਲਾਏ ਜਾਂਦੇ ਨੇ ਜਨਰਲ ਵੈਂਟੂਰਾ ਤੇ ਅਜੀਤ ਸਿੰਘ ਸੰਧਾ ਵਾਲੀਆ ਇਹ ਵੀ ਜਿਹੜੇ ਇਨ੍ਹਾਂ ਡੋਗਰਿਆਂ ਦੇ ਵਿਰੋਧੀ ਹੁੰਦੇ ਨੇ ਉਹ ਉੱਥੇ ਤਾਇਨਾਤ ਕੀਤੇ ਜਾਂਦੇ ਨੇ ਇਨਾਂ ਨੂੰ ਹੁਣ ਇਹ ਸਮਝ ਆ ਗਈ ਸੀ ਕਿ ਜਿਹੜਾ ਨੌਨਿਹਾਲ ਸਿੰਘ ਹੈ ਇਹਨਾਂ ਦੀ ਜਿਹੜੀ ਮੁਠੀ ਦੇ ਵਿੱਚ ਨਹੀਂ ਇਹਨਾਂ ਲਈ ਇੱਕ ਸਰਦਰਦੀ ਬਣ ਚੁੱਕਾ ਹੈ ਤੇ ਉਹਦੇ ਲਈ ਫਿਰ ਇਹਨੇ ਜਿਹੜਾ ਇਹਦੇ ਕੋਲ ਇੱਕ ਚਾਲ ਸੀ ਚਿੱਠੀਆਂ ਵਾਲੀ ਤੇ ਉਹ ਇਹਨੇ ਫਿਰ ਚੱਲੀ ਜਿਵੇਂ ਮਹਾਰਾਜਾ ਖੜਕ ਸਿੰਘ ਦੇ ਨਾਲ ਚੱਲੀ ਸੀ ਹੁਣ ਨੌ ਕਵਰ ਨੌਨਿਹਾਲ ਸਿੰਘ ਦੇ ਨਾਲ ਚੱਲੀ ਉਹ ਚਾਲ ਇਸ ਤਰੀਕੇ ਨਾਲ ਚੱਲੀ ਗਈ ਕਿ ਜਿਹੜਾ ਕਾਬਲ ਦਾ ਬਾਦਸ਼ਾਹ ਸੀ ਸ਼ਾਹ ਸੁਜਾ ਅੰਗਰੇਜ਼ਾਂ ਦੀ ਸਰਪ੍ਰਸਤੀ ਅਧੀਨ ਸੀ ਤੇ ਉਹ ਚਿੱਠੀਆਂ ਲਿਖੀਆਂ ਜਾਂਦੀਆਂ ਨੇ ਦੋਸਤ ਮੁਹੰਮਦ ਖਾਨ ਨੂੰ ਉਹਨਾਂ ਦੇ ਨਾਮ ਉੱਪਰ ਤੇ ਕਮਰ ਨੌ ਨਿਹਾਲ ਸਿੰਘ ਦੀ ਮੋਹਰ ਵਾਲੀਆਂ ਬਾਦਸ਼ਾਹੀ ਮੋਹਰ ਵਾਲੀਆਂ ਉਹ ਚਿੱਠੀਆਂ ਲਿਖੀਆਂ ਗਈਆਂ ਕਿ ਅਸੀਂ ਤੁਹਾਨੂੰ ਜਿਹੜਾ ਆਪਣਾ ਯੋਗਦਾਨ ਦਿੰਨੇ ਆ ਤੁਹਾਨੂੰ ਫੌਜੀ ਜਿਹੜੀ ਤਾਕਤ ਦਿੰਨੇ ਆ ਤਾਂ ਕਿ ਕਾਬਲ ਦੀ ਜਿਹੜੀ ਬਾਦਸ਼ਾਹਤ ਹੈ ਉਹਨੂੰ ਡਗਾ ਸਕੀਏ ਜਾਂ ਉੱਥੇ ਕਬਜ਼ਾ ਕਰ ਸਕੀਏ ਤੇ ਇਹ ਜਿਹੜੀਆਂ ਚਿੱਠੀਆਂ ਉਹਨੇ ਆਪ ਹੀ ਫੜਾ ਦਿੱਤੀਆਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪੂਛ ਪੜਤਾਲ ਹੁੰਦੀ ਹੈ ਤੇ ਚਿੱਠੀਆਂ ਜਿਹੜੀਆਂ ਝੂਠੀਆਂ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਵੀ ਨਹੀਂ ਇਹਦੇ ਉੱਤੇ ਸਾਰੀਆਂ ਚਾਲਾਂ ਜਿਹੜੀਆਂ ਕਾਮਯਾਬ ਨਹੀਂ ਹੋ ਰਹੀਆਂ ਇਹ ਸਿਆਣਾ ਤੇ ਦਾਣਾ ਇਨਸਾਨ ਹੈ ਤੇ ਉਹਨਾਂ ਉਹ ਦੇਣਾ ਆਇਆ 5 ਨਵੰਬਰ 1840 ਜਦੋਂ ਮਾਹ ਰਾਜਾ ਖੜਕ ਸਿੰਘ ਅਕਾਲ ਚਲਾਨਾ ਕਰ ਗਏ ਕਿਉਂਕਿ ਨਿਤਪ੍ਰਤੀ ਉਹਨਾਂ ਨੂੰ ਜਿਹੜਾ ਜ਼ਹਿਰ ਦਿੱਤਾ ਜਾਂਦਾ ਸੀ ਉਹਨਾਂ ਦੇ ਖਾਣੇ ਵਿੱਚ ਕਈ ਦਿਨਾਂ ਤੋਂ ਬਿਮਾਰ ਸਨ ਕਈ ਮਹੀਨਿਆਂ ਤੋਂ ਹੁਣ ਉਹ ਅਕਾਲ ਚਲਾਨਾ ਕਰ ਗਏ ਅਕਾਲ ਚਲਾਨਣੇ ਤੋਂ ਬਾਅਦ ਜਦੋਂ ਉਹਨਾਂ ਦਾ ਸੰਸਕਾਰ ਹੋਣਾ ਸੀ ਤੇ ਇਹਨਾਂ ਨੇ ਉਹ ਸਾਰੀ ਵਿਉਂਤ ਘੜ ਲਈ ਉਹ ਵਿਉਂਤ ਘੜੀ ਗਈ ਸ਼ੱਜਾ ਸੁਟਣ ਦੀ ਤੇ ਵਿਦਵਾਨ ਕਹਿੰਦੇ ਨੇ ਸ਼ੱਜਾ ਕਮਰ ਨੌਨਿਹਾਲ ਸਿੰਘ ਤੇ ਨਹੀਂ ਸਿੱਖਾਂ ਦੀ ਕਿਸਮਤ ਉੱਤੇ ਡਿੱਗਾ ਜਿਸ ਜਿਸ ਨੇ ਫੇਰ ਸਾਨੂੰ ਕਦੀ ਉੱਠਣ ਹੀ ਨਹੀਂ ਦਿੱਤਾ ਐਸੀ ਗੁਲਾਮੀ ਸਾਡੇ ਗਲਾਂ ਦੇ ਵਿੱਚ ਆ ਪਈ ਕਿ ਇੱਕ ਉਹ ਇਨਸਾਨ ਉਹ ਪ੍ਰਭਾਵਸ਼ਾਲੀ ਇਨਸਾਨ ਜਿਹੜਾ ਸ਼ਾਇਦ ਜਿਉਂਦਾ ਹੁੰਦਾ ਤੇ ਸਿੱਖ ਕਦੀ ਗੁਲਾਮ ਨਾ ਹੁੰਦੇ ਉਹਨਾਂ ਨੇ ਬਾਰੂਦ ਭਰਿਆ ਸੱਜੇ ਦੀਆਂ ਦਾੜਾ ਕੱਢ ਕੇ ਉਹਦੇ ਵਿੱਚ ਬਾਰੂਦ ਭਰਿਆ ਜਾਂਦਾ ਹੈ ਤਾਂ ਕਿ ਧਮਕ ਦੇ ਨਾਲ ਜਦੋਂ ਕਮਰ ਨਾ ਨਿਹਾਲ ਸਿੰਘ ਉਹਦੇ ਥੱਲੇ ਆਵੇ ਤੇ ਉਹ ਛੱਜਾ ਉਹਦੇ ਉੱਤੇ ਡਿੱਗ ਸਕੇ ਕਮਰ ਨਾ ਉਹ ਨਿਹਾਲ ਸਿੰਘ ਹਜੇ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਹੀ ਕਰ ਰਿਹਾ ਹੁੰਦਾ ਏ ਤੇ ਧਿਆਨ ਸਿਓ ਅਲੈਗਜ਼ੈਂਡਰ ਗਾਰਡਨਰ ਨੂੰ ਕਹਿੰਦਾ ਜਾ ਆਪਣੇ 40 ਬੰਦੇ ਬਿਨਾਂ ਵਰਦੀ ਤੋਂ ਇੱਥੇ ਲੈ ਕੇ ਆ ਉਹ ਆਪਣੇ ਬੰਦਿਆਂ ਨੂੰ ਲੈਣ ਚੱਲਿਆ ਜਾਂਦਾ ਤੇ ਕਮਰ ਸਾਹਿਬ ਜਿਹੜੇ ਉਹਨਾਂ ਨੂੰ ਗੁਪਤਗੁ ਕਰਦੇ ਆ ਦੇਖ ਲੈਂਦੇ ਨੇ ਉਹਨਾਂ ਨੂੰ ਲੱਗ ਜਾਂ ਪਤਾ ਲੱਗ ਜਾਂਦਾ ਵੀ ਕੋਈ ਨਾ ਕੋਈ ਮਾੜੀ ਘਟਨਾ ਵਾਪਰਨ ਵਾਲੀ ਆ ਕੋਈ ਨਾ ਕੋਈ ਇਹੋ ਜਿਹਾ ਹੋਣ ਵਾਲਾ ਆ ਉਹ ਜਦੋਂ ਉੱਥੋਂ ਤੁਰਨ ਲੱਗਦੇ ਨੇ ਤੇ ਅਲੈਗਜ਼ੈਂਡਰ ਗਾਰਡਨਰ ਆਪਣੀ ਕਿਤਾਬ ਵਿੱਚ ਵੀ ਲਿਖਦਾ ਮੈਨੂੰ ਹੱਲੇ ਤੱਕ ਇਹ ਪਤਾ ਨਹੀਂ ਚੱਲਿਆ ਵੀ ਉਹਨੇ ਮੇਰੇ ਕੋਲੋਂ ਇਹ ਬੰਦੇ ਕਿਉਂ ਮੰਗਵਾਏ ਸਨ ਤੇ ਜਦੋਂ ਉਹ ਤਾਕੂ ਲੈ ਕੇ ਪੁੱਜਾ ਸੀ ਤੇ ਸਾਰਾ ਕੁਝ ਪਾਣਾ ਵਾਪਰ ਚੁੱਕਾ ਸੀ ਤੇ ਫਿਰ ਉਹਨੂੰ ਧਿਆਨ ਸਿਓ ਕਹਿੰਦਾ ਹੁਣ ਇਹਨਾਂ ਦੇ ਲੋੜ ਨਹੀਂ ਹੈ ਕਮਰ ਸਾਹਿਬ ਇਹਨਾਂ ਨੂੰ ਦੇਖ ਲੈਂਦੇ ਨੇ ਵੀ ਇਹ ਕੁਝ ਨਾ ਕੁਝ ਕਰਨ ਵਾਲੇ ਨੇ ਉਹ ਆਪਣੇ ਹੱਥਾਂ ਦੇ ਵਿੱਚ ਜਿਹੜਾ ਮੀਆਂ ਉਦਮ ਸਿਓ ਜਿਹੜਾ ਗੁਲਾਬ ਸਿਓ ਦਾ ਆਪਣਾ ਪੁੱਤਰ ਐ ਵੇਖੋ ਕਿ ਲਾਰਜ ਕਿਸੇ ਦਾ ਨਹੀਂ ਨਾ ਲਾਲਚ ਹੀ ਕਿਸੇ ਦਾ ਹੈ ਉਹ ਆਪਣੇ ਪੁੱਤਰ ਦਾ ਵੀ ਨਹੀਂ ਬਣਦਾ ਹੁਣ ਮੀਆ ਉਦਮ ਸਿੰਘ ਦਾ ਹੱਥ ਫੜ ਲੈਂਦੇ ਨੇ ਕਵਰ ਨੌਨਿਹਾਲ ਸਿੰਘ ਤੇ ਜਦੋਂ ਤੁਰਨ ਲੱਗਦੇ ਨੇ ਤੇ ਉਹਨਾਂ ਦੀ ਜਿਹੜੀ ਸਾਰੀ ਵਿਆਹਤ ਇਦਾਂ ਦੀ ਸੇਵੀ ਸ਼ਜੇ ਦੀਆਂ ਦਾੜਾਂ ਕੱਢ ਕੇ ਜਿਹੜਾ ਉਹਨਾਂ ਨੇ ਬਰੂਦ ਭਰ ਦਿੱਤਾ ਸੀ ਬਿਜੇ ਸਿੰਘ ਆਪਣੀ ਫੌਜਾਂ ਦੇ ਨਾਲ ਉੱਥੇ ਤੈਨਾਤ ਸੀ ਤੇ ਜਦੋਂ ਕਮਰ ਸਾਹਿਬ ਨੇ ਆਉਣਾ ਸੀ ਉਹਨਾਂ ਨੇ ਬਰੂਦ ਨੂੰ ਅੱਗ ਲਾਉਣੀ ਸੀ ਧਮਕ ਦੇ ਨਾਲ ਸ਼ਜੇ ਨੇ ਥੱਲੇ ਡਿੱਗਣਾ ਸੀ ਉਹ ਸ਼ਜਾ ਉਹਨਾਂ ਦੇ ਉੱਤੇ ਡਿੱਗਣਾ ਸੀ ਤੇ ਇਸ ਤਰੀਕੇ ਨਾਲ ਉਹਨਾਂ ਦੀ ਮੌਤ ਹੋਣੀ ਸੀ ਪਰ ਹੋਇਆ ਥੋੜਾ ਜਿਹਾ ਇਹਦੇ ਤੋਂ ਉਲਟ ਜਿਵੇਂ ਉਹਨਾਂ ਨੇ ਸੋਚਿਆ ਸੀ ਓਵੇਂ ਨਹੀਂ ਹੋਇਆ ਮੀਆਂ ਉਦਮ ਸਿੰਘ ਉਹ ਤੇ ਕਵਰ ਨੌ ਨਿਹਾਲ ਸਿੰਘ ਜਦੋਂ ਕੋਲ ਆਏ ਹੀਰਾ ਸਿੰਘ ਨੇ ਦੇਖਿਆ ਜਿਹੜਾ ਧਿਆਨ ਸਿੰਘ ਦਾ ਪੁੱਤਰ ਹੈ ਵੀ ਕੀ ਕਰੀਏ ਹੁਣ ਤੇ ਆਪਣਾ ਬੰਦਾ ਉਹਦੇ ਨਾਲ ਹੈ ਤੇ ਧਿਆਨ ਸਿੰਘ ਨੂੰ ਕਹਿੰਦਾ ਕੋਈ ਗੱਲ ਨਹੀਂ ਜੇ ਇੱਕ ਨੌ ਨਿਹਾਲ ਨੂੰ ਮਾਰਨ ਲਈ ਜੇ ਇੱਕ ਉਦਮ ਸਿੰਘ ਜਿਹੜਾ ਭੇਟ ਵੀ ਚੜਦਾ ਤੇ ਕੋਈ ਗੱਲ ਨਹੀਂ ਚੜਾ ਦਿੰਦੇ ਆ ਹੁਣ ਕਵਰ ਨੌ ਮੀਆਂ ਜਿਹੜਾ ਉਦਮਸਿਉਂ ਤੇ ਕਵਰ ਨੌ ਨਿਹਾਲ ਸਿੰਘ ਸੱਜੇ ਦੇ ਥੱਲੇ ਨੇ ਉਧਰੋਂ ਉਹਦੇ ਹੀਰਾ ਸਿੰਘ ਧਿਆਨ ਸਿੰਘ ਦੇ ਪੁੱਤਰ ਨੇ ਜਿਹੜਾ ਰੁਮਾਲ ਦੇ ਨਾਲ ਇਸ਼ਾਰਾ ਕਰ ਦਿੱਤਾ ਵੀ ਸ਼ੱਜਾ ਸੁੱਟ ਦਿੱਤਾ ਜਾਵੇ ਬਾਰੂਦ ਨੂੰ ਅੱਗ ਲੱਗਦੀ ਹੈ ਬੀਜੇ ਸਿੰਘ ਦੇ ਬੰਦੇ ਜਿਹੜੇ ਬਾਰੂਦ ਨੂੰ ਅੱਗ ਲਾਉਂਦੇ ਨੇ ਸ਼ੱਜਾ ਡਿੱਗਦਾ ਹੈ ਇਹਦੇ ਸ਼ੱਜਾ ਡਿੱਗਣ ਦੇ ਨਾਲ ਜਿਹੜਾ ਮੀਆਂ ਉਦਮਸਿਉਂ ਆਏ ਇਹ ਤੇ ਖਤਮ ਹੋ ਜਾਂਦਾ ਉੱਥੇ ਪਰ ਕਵਰ ਨੌ ਨਿਹਾਲ ਸਿੰਘ ਦੇ ਸਿਰਫ ਇੱਕ ਚਰੀਟ ਆਉਂਦੀ ਆ ਸੱਜੇ ਘਾਦੇ ਥੱਲੇ ਉਹ ਬਸ ਇੰਨੀ ਕੁ ਸੀ ਜਿਹੜੇ ਅਲੈਗਜ਼ੈਂਡਰ ਗਾਰਡਨਰ ਦੇ ਪੰਜ ਬੰਦੇ ਜਿਹੜੇ ਉਹਨੂੰ ਪਤਾ ਨਹੀਂ ਹੁੰਦੇ ਪਹਿਲਾਂ ਉਹ ਵੀ ਉਥੇ ਪਾਲਕੀ ਲਈ ਤਿਆਰ ਹੁੰਦੇ ਨੇ ਉਹ ਬਿਠਾਉਂਦੇ ਨੇ ਉਹ ਦੱਸਦੇ ਨੇ ਬਾਅਦ ਵਿੱਚ ਵੀ ਇੰਨੀ ਕੁ ਸੱਟ ਸੀ ਵੀ ਸਿਰਫ 1 ਰੁਪਇਆ ਥਾਂ ਸਰਾਣੇ ਦੀ ਖੂਨ ਨਾਲ ਭਿੱਜ ਸਕਦੀ ਸੀ ਜਿਹਦਾ ਅੰਦਾਜ਼ਾ ਲਾਇਆ ਜਾਵੇ ਵੀ ਕਿੰਨੀ ਕੁ ਸੱਟ ਸੀ ਉਹ ਜਦੋਂ ਬਰੂਦ ਅਧਾ ਤਮਾਕਾ ਹੋਇਆ ਛੱਜਾ ਡੇਗਾ ਮੀਆਂ ਉਦਮ ਸਿੰਘ ਖਤਮ ਹੋ ਗਿਆ ਉਸ ਤੋਂ ਬਾਅਦ ਕਵਰ ਨਾਉ ਨੇ ਹਾਲ ਸਿੰਘ ਜਿਹੜੇ ਨੇ ਉੱਥੇ ਬਿਉਸ਼ ਹੋ ਜਾਂਦੇ ਨੇ ਤੇ ਬਿਉਸ਼ ਹੁੰਦੇ ਪਾਣੀ ਮੰਗਦੇ ਨੇ ਪਾਣੀ ਕਿੰਨਾ ਦੇਣਾ ਸਿਮਯੋਂ ਤਾਂ ਹੀ ਉੱਥੇ ਕੋਈ ਹੋਰ ਸਨ ਹੋਰ ਨਾ ਨੇ ਪਾਲਕੀ ਦੇ ਵਿੱਚ ਪਾਇਆ ਪੰਜ ਬੰਦੇ ਉਹ ਪਾਲਕੀ ਲੈ ਕੇ ਕਿਲੇ ਦੇ ਅੰਦਰ ਜਾਂਦੇ ਨੇ ਤੇ ਜਿਹੜਾ ਲਹਿਣਾ ਸਿੰਘ ਆ ਇਹ ਵੇਖ ਲੈਂਦਾ ਹੈ ਤੇ ਇਹ ਵੀ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਧਿਆਨ ਸੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਹੈ ਤੇ ਦਰਵਾਜ਼ਾ ਭੇੜ ਲੈਂਦੇ ਨੇ ਤੇ ਦਰਵਾਜਾ ਉਦੋਂ ਵੀ ਨਹੀਂ ਖੁੱਲਦਾ ਜਦੋਂ ਮਹਾਰਾਣੀ ਚੰਦ ਕੌਰ ਕਮਰ ਨੌਨੇ ਹਰ ਸਿੰਘ ਦੀ ਮਾਤਾ ਜੀ ਤੇ ਉਹਨਾਂ ਦੀ ਪਤਨੀ ਸਰਦਾਰ ਸ਼ਾਮ ਸਿੰਘ ਟਾਰੀ ਦੀ ਸੁਪੁੱਤਰੀ ਬੀਬੀ ਨਾਨਕੀ ਜੀ ਉਹ ਵੀ ਜਦੋਂ ਉਸ ਦਰਵਾਜੇ ਨੂੰ ਖੜਕਾਉਂਦੇ ਨੇ ਤੇ ਦਰਵਾਜਾ ਨਹੀਂ ਖੁੱਲਿਆ ਜਾਂਦਾ ਤਾਂ ਹੁਣ ਉਹਦੇ ਅੰਦਰ ਹੁੰਦਾ ਕੀ ਹੈ ਜਿਹੜਾ ਧਿਆਨ ਸਿਓਏ ਇਹਦੇ ਨਾਲ ਦੇ ਦੋ ਸਿਪਾਹੀ ਜਿਹੜੇ ਇਹਨਾਂ ਦੇ ਆਪਣੀ ਪਹਾੜੀਏ ਹੁੰਦੇ ਨੇ ਉਹ ਕੰਵਰ ਨਾ ਨਿਹਾਲ ਸਿੰਘ ਦਾ ਜਿਹੜਾ ਸ਼ੇਰ ਆਇਆ ਇਹ ਪੱਥਰ ਮਾਰ-ਮਾਰ ਕੇ ਉਹ ਉਹਨੂੰ ਫੇਂਦੇ ਨੇ ਤੇ ਜਦੋਂ ਦਰਵਾਜ਼ਾ ਖੋਲਿਆ ਜਾਂਦਾ ਹੈ ਨਾ ਜਿਹੜਾ ਮਾੜੀ ਜੀ ਝਰੀਟ ਸੀ ਉਹ ਝਰੀਟ ਹੁਣ ਇੱਥੋਂ ਤੱਕ ਵੱਧ ਗਈ ਸੀ ਕਿ ਆਲੇ-ਦੁਆਲੇ ਖੂਨ ਸੀ ਤੇ ਵਿੱਚ ਇੱਕ ਲਾਸ਼ ਪਈ ਸੀ ਜਿਹੜਾ ਬੰਦਾ ਚੰਗਾ ਭਲਾ ਅੰਦਰ ਆਇਆ ਉਹਨੂੰ ਦਰਵਾਜ਼ਾ ਲਾ ਕੇ ਇਹਨਾਂ ਨੇ ਪੱਥਰ ਮਾਰ-ਮਾਰ ਕੇ ਉਹਨੂੰ ਖਤਮ ਕਰ ਦਿੱਤਾ ਤੇ ਅੱਜ ਡੋਗਰਿਆਂ ਭਰਾਵਾਂ ਨੇ ਜਿਹੜਾ ਵੀ ਇੱਕ ਹੋਰ ਮਹਾਰਾਜਾ ਰਣਜੀਤ ਸਿੰਘ ਦਾ احسان ਜਿਹੜਾ ਉਤਾਰ ਦਿੱਤਾ ਉਹਨਾਂ ਦੇ ਪੁੱਤਰੇ ਨੂੰ ਖਤਮ ਕਰਕੇ ਸਿੱਖਾਂ ਦਾ ਉਹ ਬਾਦਸ਼ਾਹ ਜਿਹੜਾ ਬੜੇ ਤੇਜ ਵਾਲਾ ਸੀ ਬੜੇ ਹੁਨਰ ਵਾਲਾ ਸੀ ਇੱਕ ਪ੍ਰਭਾਵਸ਼ਾਲੀ ਬਾਦਸ਼ਾਹ ਉਹਨਾਂ ਨੇ ਅੱਜ ਖਤਮ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ احਸਾਨ ਉਹਨਾਂ ਨੇ ਹੋਰ ਉਤਾਰ ਦਿੱਤਾ